ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਉਮੀਦ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਜਲ ਵਿਭਾਗ ਦੇ ਵਿੱਚ ਭਰਤੀ ਨੂੰ ਲੈ ਕੇ ਆ ਚੁੱਕਿਆ ਹੈ ਜੀ ਅਲੱਗ-ਅਲੱਗ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ ਤੇ ਸਾਰੇ ਕੈਂਡੀਡੇਟ ਦੇ ਲਈ ਐਲੀਜੀਬਲ ਹੋਣ ਵਾਲੇ ਨੇ ਪੰਜਾਬ ਦੇ ਕੈਂਡੀਡੇਟ ਤੁਸੀਂ ਪੰਜਾਬ ਤੋਂ ਕਿਤੋਂ ਵੀ ਹੋ ਇਹਦੇ ਲਈ ਅਪਲਾਈ ਕਰ ਸਕਦੇ ਹੋਂ ਕਿੱਦਾਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਅੱਜ ਦੀਸ ਵੀਡੀਓ ਤੁਹਾਨੂੰ ਮੈਂ ਦਵਾਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਰੀ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਸਿੰਪਲੀ Google ਜਾ ਕੇ ਟਾਈਪ ਕਰੋਗੇ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਚ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਣੀ ਹੈ ਜੀ ਪਹਿਲੀ ਪੋਸਟ ਜਿਹੜੀ ਹੈ ਜੀ ਟੀਮ ਲੀਡਰ ਐਕਸਪਰਟ ਟੀਐਲਈ ਦੀ ਹੈ ਜਿਸ ਦੇ ਵਿੱਚ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਠੀਕ ਹੈ ਜੀ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੈ ਤੇ ਪੀ ਐਚ ਡੀ ਕੀਤੀ ਹੋਈ এনवायरमेंटਲ ਇੰਜੀਨੀਅਰਿੰਗ ਦੇ ਵਿੱਚ ਵਾਟਰ ਰਿਸੋਰਸ ਇੰਜੀਨੀਅਰਿੰਗ ਦੇ ਵਿੱਚ ਉਹਨਾਂ ਨੂੰ ਪ੍ਰੇਫਰੈਂਸ ਦਿੱਤੀ ਜਾਏਗੀ ਟੋਟਲ ਪ੍ਰੋਫੈਸ਼ਨਲ ਐਕਸਪੀਰੀਅੰਸ 15 ਇਅਰ ਦਾ ਹੈਗਾ ਆਊਟ ਆਫ 10 ਇਅਰ ਹੈਂਡਲਿੰਗ ਵਾਟਰ ਸਪਲਾਈ ਸੀਵਰੇਜ ਪ੍ਰੋਜੈਕਟ ਦਾ ਐਟ ਲੀਸਟ 3 ਸਾਲ ਦਾ ਐਕਸਪੀਰੀਅੰਸ ਟੀਮ ਲੀਡਰ ਦਾ ਹੈਗਾ ਤਾਂ ਅਪਲਾਈ ਕਰ ਸਕਦੇ ਹੋ ਤੁਹਾਡੇ ਲਈ ਸੈਲਰੀ ਜਿਹੜੀ ਹੈ ਜੀ ਰਹੇਗੀ 50000 ਤੋਂ ਲੈ ਕੇ 65000 ਤੱਕ ਠੀਕ ਹੈ ਜੀ ਐ ਮੈਕਸਿਮਮ ਏਜ 65 ਇਅਰ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਉਸ ਤੋਂ ਬਾਅਦ ਕੁਆਲਿਟੀ ਸਰਵੇਅਰ ਦੀ ਇੱਕ ਪੋਸਟ ਹੈ ਠੀਕ ਤੁਸੀਂ ਦੋ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੈ ਠੀਕ ਹੈ ਜੀ ਇੰਜੀਨੀਅਰਿੰਗ ਵਾਲਿਆਂ ਨੂੰ preference ਦਿੱਤੀ ਜਾਏਗੀ 7 ਇਅਰ ਦਾ experience ਹੈਗਾ water supply sewerage project ਦਾ ਤਾਂ ਤੁਸੀਂ ਇਹਦੇ ਲਈ apply ਕਰ ਸਕਦੇ ਹੋ 35000 ਤੋਂ ਲੈ ਕੇ 40000 ਤੱਕ ਤੁਹਾਡੀ ਸੈਲਰੀ ਰਹੇਗੀ 45 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਨੈਕਸਟ ਹੈਗੀ ਹੈ ਜੀ ਸਟਰਕਚਰਲ ਇੰਜੀਨੀਅਰ ਐਕਸਪਰਟ TIER L ਦੀ ਜਿਸ ਦੇ ਵਿੱਚ ਚਾਰ ਕੈਂਡੀਡੇਟ ਦੀ ਵੈਕੈਂਸੀ ਹੈ ਜਿਹਦੇ ਵਿੱਚ ਗ੍ਰੈਜੂਏਸ਼ਨ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਕਿਸੇ ਵੀ ਰੀਕੋਗਨਾਈਜ਼ਡ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਡਿਗਰੀ ਹੈ ਤੇ 5 ਇਅਰ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਡਿਜ਼ਾਈਨ ਕੰਸਟਰਕਸ਼ਨ ਦਾ ਤਾਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਔਰ ਇਸ ਦੇ ਨਾਲ 35000 ਤੋਂ ਲੈ ਕੇ 40000 ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਨੈਕਸ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਕਮਿਨ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਜਾਂ ਪੋਸਟ ਦੇ ਜੋ ਡਿਗਰੀ ਕੀਤੀ ਹੋਈ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਇਲੈਕਟ੍ਰੋਨਿਕ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਵਿੱਚ ਅਪਲਾਈ ਕਰ ਸਕਦੇ ਹੋ 5 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਵਾਟਰ ਸਪਲਾਈ ਇੰਜੀਨੀਅਰਿੰਗ ਪ੍ਰੋਜੈਕਟ ਦੇ ਵਿੱਚ 35 ਤੋਂ 35 ਤੋਂ ਲੈ ਕੇ 40000 ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜੀ ਇਸ ਦੇ ਵਿੱਚ ਰਹਿਣ ਵਾਲੀ ਹੈ ਨੈਕਸਟ ਹੈਗੀ ਹੈ ਹਾਈਡਰੌਲਿਕ ਐਕਸਪਰਟ ਐਮ ਐਲ ای ਦੀ ਗ੍ਰੈਜੂਏਸ਼ਨ ਸਿ 35 ਤੋਂ ਲੈ ਕੇ 40 40 ਹਜ਼ਾਰ ਤੱਕ ਤੁਹਾਡੀ ਸੈਲਰੀ ਜਿਹੜੀ ਹੈ ਜਿਸ ਦੇ ਵਿੱਚ ਰਹਿਣ ਵਾਲੀ ਹੈ ਨੈਕਸਟ ਪੋਸਟ ਹੈ ਕਿ ਰੈਜ਼ੀਡੈਂਟ ਇੰਜੀਨੀਅਰ ਕਮ ਸੀਨੀਅਰ ਵਾਟਰ ਸਪਲਾਈ ਇੰਜੀਨੀਅਰ ਦੀ ਸੱਤ ਪੋਸਟਾਂ ਨੇ ਸਿਵਲ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਕੰਸਟਰਕਸ਼ਨ ਦੇ ਵਿੱਚ ਠੀਕ ਹੈ ਜੀ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ professionl experience 10 ਸਾਲ ਦਾ ਮੰਗਿਆ ਗਿਆ ਹੈ 55000 ਤੱਕ ਤੁਹਾਡੀ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ 65 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਸੀਨੀਅਰ ਕੰਸਟਰਕਸ਼ਨ ਇੰਜੀਨੀਅਰ ਐਕਸਪਰਟ ਦੀ ਵੈਕੈਂਸੀ ਹੈ ਜੀ ਜੇ 10 ਵੈਕੈਂਸੀਜ਼ ਆਊਟ ਕੀਤੀ ਗਈ ਹੈ ਨੇ ਟੋਟਲ ਤੁਸੀਂ ਦੇਖ ਸਕਦੇ ਹੋ ਗ੍ਰੈਜੂਏਸ਼ਨ ਸਿਵਲ ਇੰਜੀਨੀਅਰਿੰਗ ਕੀਤੀ ਹੈ ਤੁਸੀਂ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਈ ਕੰਸਟਰਕਸ਼ਨ ਮੈਨੇਜਮੈਂਟ ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਅਪਲਾਈ ਕਰ ਸਕਦੇ ਹੋ professionl experience 7 ਇਅਰ ਦਾ ਮੰ ਦੇ ਵਿੱਚ ਰਹਿਣ ਵਾਲੀ ਹੈ ਨੈਕਸਟ ਹੈਗੀ ਹੈ ਜੀ ਮਟੀਰੀਅਲ ਇੰਜੀਨੀਅਰ ਐਕਸਪਰਟ ਦੀ ਹੈ ਸੱਤ ਵੈਕੈਂਸੀਸ ਨੇ ਗ੍ਰੈਜੂਏਸ਼ਨ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਿਟ ਯੂਨੀਵਰਸਿਟੀ ਤੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ profession experience at least 8 year ਦਾ water supply sewerage project ਦਾ ਮੰਗਿਆ ਗਿਆ ਹੈ ਜੀ ਔਰ 35 ਤੋਂ 40000 ਤੱਕ ਥੋੜੀ ਸੈਲਰੀ ਰਹੇਗੀ ਵਾਟਰ ਸਪਲਾਈ ਕਮ ਕੈਡ ਇੰਜੀਨੀਅਰ ਦੀ ਹੈ ਜਿਸ ਵਿੱਚ 15 ਵੈਕੈਂਸੀਸ ਨੇ ਔਰ ਗ੍ਰੈਜੂਏਸ਼ਨ ਸਿਵਲ ਇੰਜੀਨੀਅਰ ਕੀਤੀ ਹੋਈ ਹੈ 5 ਸਾਲ ਦਾ ایکسپੀਰੀਅੰਸ ਹੈਗਾ ਤੁਹਾਨੂੰ ਗ੍ਰੈਜੂਏਸ਼ਨ ਦਾ ਮਤਲਬ ਤੁਸੀਂ ਫੁੱਲੀ ਕਰਤਾ ਕੰਸਟਰਕਸ਼ਨ ਡਿਜ਼ਾਈਨਿੰਗ ਕੈਡ ਦੇ ਕਰ ਸਕਦੇ ਹੋ ਬਣਾ ਸਕਦੇ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 35 ਤੋਂ ਲੈ ਕੇ 40000 ਤੱਕ ਤੁਹਾਡੀ ਸੈਲਰੀ ਰਹੇਗੀ ਕੁਆਲਟੀ ਸਰਵੇਅਰ ਦੀ ਵੈਕੈਂਸੀਸ ਆਈਆਂ ਨੇ ਜੀ ਜਿਸ ਵਿੱਚ 15 ਨੇ 12 ਸਾਲ ਦਾ ایکسپੀਰੀਅੰਸ ਮੰਗਿਆ 40 ਤੋਂ 50000 ਤੱਕ ਤੁਹਾਡੀ ਸੈਲਰੀ ਇਸ ਦੇ ਵਿੱਚ ਰਹੇਗੀ ਕੰਸਟਰਕਸ਼ਨ ਇੰਜੀਨੀਅਰ ਦੀ ਵੀ ਹੈਗੀਆਂ ਜੀ ਉਸ ਤੋਂ ਬਾਅਦ ਸਾਈਡ ਇੰਜੀਨੀਅਰ ਇਲੈਕਟ੍ਰੀਕਲ ਐਕਸਪਰਟ JLE ਦੀ ਵੈਕੈਂਸੀਸ ਵੀ ਨੇ ਸਾਈਡ ਇੰਜੀਨੀਅਰ ਸਿਵਲ ਐਕਸਪਰਟ ਜੀਐਲਈ ਦਿ ਗ੍ਰੈਜੂਏਸ਼ਨ ਡਿਪਲੋਮਾ ਵਾਲੇ ਕੈਂਡੀਡੇਟ ਐਲੀਜੀਬਲ ਨੇ ਜਿਨ੍ਹਾਂ ਨੇ ਬੀਕਾਮ ਕੀਤੀ ਹੋਈ ਹੈ 3 ਸਾਲ ਦਾ ਐਕਸਪੀਰੀਅੰਸ ਹੈਗਾ ਉਹ ਵੀ ਅਪਲਾਈ ਕਰ ਸਕਦੇ ਨੇ ਜੀ ਇਸੇ ਦੇ ਨਾਲ ਹੋਰ ਵੀ ਵੈਕੈਂਸੀ ਨੇ ਜਿੱਦਾਂ ਕਿ ਆਫਿਸ ਅਸਿਸਟੈਂਟ ਐਕਸਪਰਟ ਦੀ ਹੈ 5 ਵੈਕੈਂਸੀਸ ਨੇ 3 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੈ ਗ੍ਰੈਜੂਏਸ਼ਨ ਐਨੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਅਪਲਾਈ ਕਰ ਸਕਦੇ ਹੋ ਡਾਟਾ ਐਂਟਰੀ ਆਪਰੇਟਰ ਦੀ ਵੈਕੈਂਸੀਸ ਨੇ ਐਨੀ ਗ੍ਰੈਜੂਏਟ ਅਪਲਾਈ ਕਰ ਸਕਦੇ ਨੇ ਜਿਹਨਾਂ ਕੋਲ 2 ਸਾਲ ਦਾ ਵਰਕਿੰਗ ਐਕਸਪੀਰੀਅੰਸ ਐਜ਼ ਅ ਡਾਟਾ ਐ ਤੁਸੀਂ एलिजिबल ਕੈਂਡੀਡੇਟ ਜਿਹੜੇ ਨੇ ਆਪਣਾ CV ਜਿਹੜਾ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਜੋ ਕਿ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ webcos.co.in ਤੇ ਜਾ ਕੇ ਕਰੀਅਰ ਤੇ ਜਾ ਕੇ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਨੂੰ ਤੇ ਇਸੇ ਦੇ ਨਾਲ ਇਹਨਾਂ ਦੀ ਈਮੇਲ ਆਈਡੀ hr@webcobbsr@gmail.com ਤੇ ਭੇਜ ਸਕਦੇ ਹੋ 22 2023 ਤੱਕ ਸੋ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਉਹ ਆਊਟ ਕੀਤਾ ਗਿਆ ਹੈ ਜਿਹੜਾ ਕਿ webcos limited ਵੱਲੋਂ ਹੈ ਜੋ ਕਿ ਇੱਕ ਇੰਗੇਜਮੈਂਟ ਇਸ ਐਕਸਪਰਟ ਫਿਕਸ ਦਾ ਟਰਮਸ ਅਪਾਇੰਟਮੈਂਟ ਜਿਹੜੀ ਦੇਣਗੇ ਤੁਹਾਨੂੰ ਇਸ ਦੇ ਵਿੱਚ ਜੋ ਕਿ ਰੂਰਲ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਹੈ ਸੋ ਇਸ ਦੇ ਵਿੱਚ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਬ੍ਰਹਮਪੁਰਾ ਸਰਕਲ ਦੇ ਲਈ ਆਇਆ ਹੈ ਠੀਕ ਹੈ ਜੀ ਤੇ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਲਈ ਅਲੱਗ-ਅਲੱਗ ਲੋਕੇਸ਼ਨਸ ਨੇ ਬਾਕੀ ਤੁਸੀਂ ਚੈੱਕ ਕਰ ਲੈਣਾ ਜਿਹੜੇ ਕੈਂਡੀਡੇਟ ਐਲੀਜੀਬਲ ਨੇ ਜਰੂਰ ਅਪਲਾਈ ਕਰਨ ਠੀਕ ਹੈ ਜੀ ਜਿਹੜੇ ਰੀਲੋਕੇਟ ਵੀ ਕਰ ਸਕਦੇ ਨੇ ਕਿਉਂਕਿ ਪੰਜਾਬ ਦੇ ਕੈਂਡੀਡੇਟ ਵੀ ਇੱਥੇ ਐਲੀਜੀਬਲ ਨੇ 올 ਇੰਡੀਆ ਤੋਂ ਐਪਲੀਕੇਸ਼ਨਸ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ ਜਿਹੜੇ ਕੈਂਡੀਡੇਟ ਐਕਸਪੀਰੀਅੰਸ ਨੇ ਜਰੂਰ ਅਪਲਾਈ ਕਰਨ ਕਿਉਂਕਿ ਸੈਲਰੀ ਬਹੁਤ ਵਧੀਆ ਹੈ ਸੋ ਇਦਲੀ ਤੁਸੀਂ ਅਪਲਾਈ ਜਿੱਦਾਂ ਕਰਨਾ ਹੈ ਉਹ ਦੱਸ ਚੁੱਕਾ ਹਾਂ ਜੀ ਫਿਰ ਵੀ ਕੋਈ ਡਾਊਟ ਹੋਏਗਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਪੋਸਟ ਦਾ ਤਾਂ ਫਿਰ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ